ਹੁਣ ਕਈਆਂ ਨੇ ਪੂਰੇ ਅੱਡੀਆਂ ਚੱਕ ਚੱਕ ਫਾਹੇ ਲੈਣੇ। ਲੈ ਪੋਤੇ ਦੀ ਪਹਿਲੀ ਲੋਹੜੀ ਆ, ਗਰਦ ਕੱਢ ਦਾਂਗੇ। ਪੂਰ ਡੀ ਜੇ ਲਾਉਂਦੇ, ਸ਼ਰਾਬ ਵਰਤਾਉਂਦੇ, ਰਿਸ਼ਤੇਦਾਰਾਂ ਨੂੰ ਸਾਧੇ, ਫਿਰ ਜਿੰਨੀਆਂ ਰਿਸ਼ਤੇਦਾਰ ਮਾਈਆਂ ਆਉਂਦੀਆਂ ਸਾਰੀਆਂ ਨੂੰ ਸੂਟ ਦਿੰਦੇ, ਲੱਖ ਡੇਢ ਲੱਖ ਪੱਟ ਦਿੰਦੇ। ਫਿਰ ਬੜੇ ਮਾਣ ਨਾਲ ਦੱਸਣਗੇ ਦੂਜੇ ਦਿਨ, ਦੇਖਿਆ ਫਿਰ ਕੱਢਤੀ ਨਾ ਗਰਦ ਲੋਹੜੀ ਸੀ, 40-50 ਹਜ਼ਾਰ ਦਾ ਦਾਰੂ ਪਿਆ ਦੀ ਆਪਾਂ। ਸਾਰੇ ਸਾਢੂ ਸੱਦੇ ਸੀ, ਫੁੱਫੜ ਸੱਦਿਆ ਸੀ, ਵੱਡਾ ਪ੍ਰਾਹੁਣਾ ਛੋਟਾ ਪ੍ਰਾਹੁਣਾ ਸਾਰੇ ਸੱਦੇ ਸੀ। ਅੱਛਾ ਖਰਚ ਕਰ ਦਿੰਦਾ, ਫਿਰ ਜਦੋਂ ਕਣਕ ਵੇਚ ਕੇ ਆੜਤ ਕੇ ਨਾ ਹਿਸਾਬ ਕਰਦਾ, ਆੜਤੀ ਆ ਕਹਿੰਦਾ ਕਰਜ਼ਾ ਤੇਰੇ ਬਣੀ 5-7 ਲੱਖ ਹੋਰ ਖੜਾ। ਫਿਰ ਢਿੱਲਾ ਜਿਹਾ ਮੂੰਹ ਕਰਕੇ ਕਹਿੰਦਾ ਕਣਕ ਤਾਂ ਇੰਨੀ ਚੰਗੀ ਹੋਈ ਸੀ ਯਾਰ, ਕਰਜ਼ਾ ਫਿਰ ਇੰਨੇ ਖੜਾ, ਸਿਰ 'ਤੇ ਲੋਹੜਾ ਆ ਗਿਆ। ਵੀ ਬੂਝੜਾ ਜੇ ਲੋਹੜੀ ਮਨਾਈ, ਲੋਹੜਾ ਤਾਂ ਹੀ ਆਇਆ, ਵੀ 1.5 ਲੱਖ ਤਾਂ ਲੋਹੜੀ 'ਤੇ ਪੱਟਤਾ ਤੂੰ, ਅਤੇ ਹਲੇ ਕਿਹੜਾ ਕਰਜ਼ਾ ਚੜ੍ਹ ਗਿਆ। ਫਿਰ ਫਾਰਮ ਜੇ ਪੁੱਛਦੇ ਕਰਨਗੇ ਕਰਜ਼ਾ ਮਾਫੀ ਵਾਲੇ ਫਾਰਮ ਜੇ ਕਿੱਥੇ ਭਰਦੇ ਆ, ਵੀ ਕਿਉਂ ਅਸੀਂ ਕਿਉਂ ਪੰਗੇ ਲੈਂਦੇ ਦੱਸੋ। ਵੀ ਜਿਹੜਾ ਕੰਮ ਜਿਹੜੀ ਖੁਸ਼ੀ 200 ਰੁਪਈਏ 'ਚ ਮਨਾਈ ਜਾਂਦੀ, ਉਹ ਤਾਂ 2 ਲੱਖ ਪੱਟਤਾ ਤੁਸੀਂ, ਫਿਰ ਕੰਧਾਂ 'ਚ ਟੱਕਰਾਂ ਮਾਰਨਗੇ। ਵੀ ਦੇਖੋ ਮੈਂ ਨਹੀਂ ਕਹਿੰਦਾ ਸਰਕਾਰਾਂ ਮਾੜੀਆਂ ਨੇ, ਪ੍ਰਸ਼ਾਸਨ ਮਾੜਾ, ਸਾਨੂੰ ਖਾ ਰਿਹਾ ਕੋਈ ਸ਼ੱਕ ਨਹੀਂ, ਪਰ ਅਸੀਂ ਆਪ ਤਾਂ ਸਿਆਣੇ, ਜਦੋਂ ਸਾਡਾ ਦੁਸ਼ਮਣ ਸਾਨੂੰ ਖਤਮ ਕਰਨ 'ਤੇ ਲੱਗਿਆ ਹੋਇਆ, ਅਸੀਂ ਆਪਣਾ ਬਚਾਅ ਕਰਨਾ ਕਿ ਨਹੀਂ, ਸਾਡਾ ਕੌਣ ਹੈ? ਨਾ ਸਾਡੀਆਂ ਸਰਕਾਰਾਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ, ਨਾ ਸਾਡੇ ਲੀਡਰ ਆ, ਨਾ ਸਾਡਾ ਪ੍ਰਸ਼ਾਸਨ ਆ, ਸਾਡਾ ਤਾਂ ਗੁਰੂ ਹੈ, ਇਹੀ ਆ, ਸਾਡਾ ਕੋਈ ਨਹੀਂ। ਕੌਣ ਆ ਸਾਡਾ ਦੱਸੋ? ਕਿਹਨੂੰ ਫਿਕਰ ਆ ਸਾਡੇ ਨਿਆਣਿਆਂ ਦਾ? ਕਿਹਨੂੰ ਫਿਕਰ ਆ ਸਾਡੇ ਬਜ਼ੁਰਗ ਮਾਪਿਆਂ ਦਾ? ਕਿਹਨੂੰ ਫਿਕਰ ਆ ਸਾਡੇ ਜੀਵਨ ਦਾ? ਗੁਰੂ ਨੂੰ ਫਿਕਰ ਸੀ, ਗੁਰੂ ਤਾਂਹੀਓ ਸਾਰੇ ਪੱਖਾਂ ਤੋਂ ਦੱਸ ਗਿਆ ਵੀ ਐਂ ਜਿਉਣਾ ਤੁਸੀਂ, ਕਿਉਂ ਤੁਸੀਂ ਫਜ਼ੂਲ ਖਰਚੇ ਵਾਲੇ ਪਾਸੇ ਪੈਂਦੇ ਹੋ? ਵੀ ਹੁਣ ਤੂੰ 1.5-2 ਲੱਖ ਪੱਟਦਾ ਲੋਹੜੀ 'ਤੇ ਜਿੱਦੇ ਬੈ ਕਰੇਗਾ, ਸਾਡੂ ਨੇ ਨਹੀਂ ਵੇਚਣੀ, ਤੈਨੂੰ ਆਪਦੇ ਹਿੱਸੇ ਦੀ ਵੇਚਣੀ ਪੈਣੀ, ਕਿਸੇ ਨੇ ਨਹੀਂ ਵੇਚਣੀ। ਆ ਜਿਹੜੇ ਮਾਈਆਂ ਆਈਆਂ, ਭੈਣ ਨੂੰ ਸੂਟ, ਐਨ ਕੁੜੀ ਨੂੰ ਸੂਟ, ਅੱਛਾ ਉਹਨੇ ਸੂਟ ਲੈ ਜਾਣੇ, ਨਾਲੇ ਘਰ ਜਾ ਕੇ ਨਖ ਲਾ, ਉਹੀ ਪੁਰਾਣਾ ਜਿਹਾ ਦੇ ਤਾ, ਕੋਈ ਗੱਲ ਨਹੀਂ, ਜਿੱਦੇ ਇਹਦੀ ਨੂੰਹ ਮੇਰੇ ਕੋਲ ਮਿਲਣਾ, ਆਹੀ ਮੋੜੂ ਮੈਂ ਉਹਨੂੰ, ਉਹੀ ਸੂਟ ਘੁੰਮੀ ਜਾਂਦਾ ਬਾਰ ਬਾਰ, ਅਤੇ ਅਸੀਂ ਇਹ ਸਿਰਫ ਦਿਖਾ ਵਿੱਚ। ਹੁਣ ਜਿੱਦੇ ਅਸੀਂ ਸੌਖੇ ਹੋ ਜਾਵਾਂਗੇ, ਜਿੱਦੇ ਗੁਰੂ ਮੁਤਾਬਕ ਜਾਣਾ ਸ਼ੁਰੂ ਕਰਤਾ, ਹਰ ਢੰਗ ਦੱਸਿਆ ਮੇਰੇ ਪਾਤਸ਼ਾਹ ਨੇ ਸਾਨੂੰ, ਤਾਂ ਮਿਟੇ ਕਲੇਸ਼ ਸੁਖੀ ਹੋਏ ਰਹੀਏ, ਸੌਖੇ ਹੋ ਜਾਵਾਂਗੇ। ਐਸਾ ਦਾਤਾ ਸਤਿਗੁਰ ਕਹੀਏ, ਹਰ ਪੱਖ ਤੋਂ ਸਾਨੂੰ ਮਜ਼ਬੂਤ ਕਰਨ ਵਾਲੇ ਨੇ ਮੇਰੇ ਸਤਿਗੁਰ।